ਕੱਢੀ ਹੱਸਦੇ ਨੇ ਗਾਲ ਹੋ ਗਈ ਗੁੱਸੇ ਵਿੱਚ ਲਾਲ ਕੱਢੀ ਹੱਸਦੇ ਨੇ ਗਾਲ ਹੋ ਗਈ ਗੁੱਸੇ ਵਿੱਚ ਲਾਲ ਨਾਲੇ ਕੱਢ ਕੇ ਰੁਪਈਏ ਲੈ ਗਈ ਚਾਲੀ ਮੋੜੀ ਬਾਬਾ ਡਾਂਗ ਵਾਲਿਆ ਆ ਮੇਰੀ ਰੁੱਸ ਗਈ ਜਾਂਜਰਾਂ ਵਾਲੀ ਮੋੜੀ ਬਾਪੂ ਡਾਂਗ ਵਾਲਿਆ ਉਹ ਮੇਰੀ ਰੁੱਸ ਗਈ ਜਾਂਜਰਾਂ ਵਾਲੀ ਉਹ ਮੋੜੀ ਬਾਬਾ ਡਾਂਗ ਵਾਲਿਆ ਮੇਰੀ ਪੱਟ ਕੇ ਵੇ ਗੁੱਤ ਸੋਹਣੇ ਬਾਬਾ ਤੇਰਾ ਪੁੱਤ ਮੇਰੀ ਪੱਟ ਕੇ ਵੇ ਗੁੱਤ ਜਾ ਕੇ ਬਹਿ ਗਿਆ ਸਾਧ ਦੇ ਡੇਰੇ ਬਾਬਾ ਤੇਰੀ ਨੂੰ ਲੱਗਦੀ ਹੱਥ ਲਾਈ ਨਾ ਪਿੰਡੇ ਨੂੰ ਮੇਰੇ ਬਾਬਾ ਤੇਰੀ ਨੂੰ ਲੱਗਦੀ ਹੱਥ ਲਾਈ ਨਾ ਪਿੰਡੇ ਨੂੰ ਮੇਰੇ ਬਾਬਾ ਤੇਰੀ ਨੂੰ ਲੱਗਦੀ ਕੀ ਨੁਕਸ ਲੱਗਦਾ ਬਈ ਘਰ ਦੀ ਗੱਲ ਹੈ ਉਹ ਕੱਲ ਮੈਂ ਜੱਟੀ ਦੇ ਲੱਡੂ ਇਹਨੂੰ ਇੱਕੋ ਦਿਨ ਲਾ ਉਹ ਫਿਰ ਵਿੱਚ ਆਵਾਜ਼ ਆ ਰਹੀ ਨੇ ਆਵੇ ਆਵਾਜ਼ ਆ ਰਹੀ ਨੇ ਵਿੱਚ ਉਹ ਕੱਲ ਮੈਂ ਜੱਟੀ ਦੇ ਲੱਡੂ ਜੇਬ ਵਿੱਚੋਂ ਕੱਢੇ ਨਾਲ ਇਹ ਕੱਤਣੀ ਚੋਂ ਕੱਢੀਆਂ ਰਿਓੜੀਆਂ ਹੱਸਦੇ ਨੇ ਪੁੱਛ ਲਿਆ ਕਿਹਦੇ ਤੋਂ ਮੰਗਾਈਆਂ ਝੱਟ ਮੱਥੇ ਉੱਤੇ ਪਾ ਲੀਆਂ ਤਿਉੜੀਆਂ ਹੱਸਦੇ ਨੇ ਪੁੱਛਿਆ ਮੈਂ ਕਿਹਦੇ ਤੋਂ ਮੰਗਾਈਆਂ ਝੱਟ ਮੱਥੇ ਉੱਤੇ ਪਾ ਲੀਆਂ ਤਿਉੜੀਆਂ ਪੂਣੀ ਪੂਣੀ ਵਾਂਗੂ ਬੱਗੀ ਕੱਲ ਲੂਣ ਵਾਂਗੂ ਲੱਗੀ ਡੁੱਬ ਜਾਣੀ ਨੇ ਲੜਾਈ ਝੱਟ ਪਾ ਲਈ ਉਹ ਮੋੜੀ ਬਾਪੂ ਡਾਂਗ ਵਾਲਿਆ ਮੇਰੀ ਰੁੱਸ ਗਈ ਜਾਂਜਰਾਂ ਵਾਲੀ ਅੱਗੋਂ ਮੋੜੀ ਡਾਂਗ ਵਾਲਿਆ ਸਿਖਾਇਆ ਕੱਲ ਦਾਰੂ ਪੀ ਕੇ ਆਇਆ ਇਹਨੇ ਆਉਂਦੇ ਨੇ ਲਫੇੜਾ ਝੱਟ ਮਾਰਿਆ ਕਿਸੇ ਨਾ ਛਡਾਈ ਰਹੀ ਹੱਸਦੀ ਜਠਾਣੀ ਇਹਨੇ ਭਾਬੀ ਦਾ ਕਲੇਜਾ ਸੱਚੀ ਠਾਰਿਆ ਕਿਸੇ ਨਾ ਛਡਾਈ ਰਹੀ ਹੱਸਦੀ ਜਠਾਣੀ ਇਹਨੇ ਭਾਬੀ ਦਾ ਕਲੇਜਾ ਸੱਚੀ ਠਾਰਿਆ ਰਾਤ ਰੋਂਦੀ ਨੇ ਲੰਘਾਈ ਕਿਸੇ ਚੁੱਪ ਨਾ ਕਰਾਈ ਰਾਤ ਰੋਂਦੀ ਨੇ ਲੰਘਾਈ ਕਿਸੇ ਚੁੱਪ ਨਾ ਕਰਾਈ ਕਹਿੰਦਾ ਫਕਰਾਂ ਨੂੰ ਸਾਕ ਬਥੇ ਉਹ ਨਿੱਕੀ ਜਿੰਨੀ ਗੱਲ ਦਾ ਕਰ ਬੈਠੀ ਗੁੱਸਾ ਝੱਟ ਪੇਕਿਆਂ ਨੂੰ ਖਿੱਚੀਆਂ ਤਿਆਰੀਆਂ ਮੰਦਾ ਚੰਗਾ ਬੋਲਿਆ ਨਾ ਕੋਈ ਉਹਦੇ ਨਾਲ ਮੰਦਾ ਚੰਗਾ ਬੋਲਿਆ ਨਾ ਕੋਈ ਮੰਦਾ ਚੰਗਾ ਬੋਲਿਆ ਨਾ ਪੁੱਟ ਲਿਆ ਪੈਰ ਮੇਰੀ ਸੁਣੀ ਨਾ ਆਵਾਜ਼ਾਂ ਪਿੱਛੋਂ ਮਾਰੀਆਂ ਉਹ ਨੱਕ ਰੱਖਦੀ ਚੜਾਈ ਕਾਹਦੀ ਸੱਜਰੀ ਵਿਆਈ ਨੱਕ ਰੱਖਦੀ ਚੜਾਈ ਉਹ ਕਾਹਦੀ ਚੰਦਰੀ ਵਿਆਈ ਚੰਗੇ ਭਲੇ ਨੇ ਚੜੇਲ ਗਲ ਪਾ ਲਈ ਉਹ ਮੋੜੀ ਬਾਪੂ ਡਾਂਗ ਵਾਲਿਆ ਮੇਰੀ ਰੁੱਸ ਗਈ ਜਾਂਜਰਾਂ ਵਾਲੀ ਅੱਗੋਂ ਮੋੜੀ ਡਾਂਗ ਵਾਲਿਆ ਮੇਰੀ ਰੁੱਸ ਗਈ ਜਾਂਜਰਾਂ ਵਾਲੀ ਉਹ ਮੋੜੀ ਤਾਇਆ ਡਾਂਗ ਵਾਲਿਆ ਇਹਦੇ ਵਿੱਚ ਦੱਸੀ ਬਾਬਾ ਮੇਰਾ ਕੀ ਕਸੂਰ ਮੈਂ ਤੇ ਹੁਣ ਨੂੰ ਕਿਹਾ ਸੀ ਘਰੋਂ ਵੱਖ ਵੇ ਅੱਖੀਆਂ ਦੀ ਘੂਰ ਸੰਗੋ ਵਾਲੀ ਆ ਬਥੇਰੀ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖਵੇ ਅੱਖੀਆਂ ਦੀ ਘੂਰ ਸੰਗੋ ਵਾਲੀ ਆ ਬਥੇਰੀ ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖਵੇ ਇਹਨੇ ਤੋੜੀ ਮੇਰੀ ਵੰਗ ਲੱਗੇ ਦਸ ਦੀ ਨੂੰ ਸੰਗ ਇਹਨੇ ਤੋੜੀ ਮੇਰੀ ਵੰਗ ਲੱਗੇ ਦਸ ਦੀ ਨੂੰ ਸੰਗ ਘਰੇ ਵੜਦਾ ਪਹਿਰ ਦੇ ਨੇਰੇ ਬਾਬਾ ਉਹ ਮੇਰੀ ਰੁੱਸ ਗਈ ਚਾਂਜਰਾਂ ਵਾਲੀ ਮੋੜੀ ਬਾਪੂ ਡਾਂਗ ਵਾਲਿਆ ਮੇਰੀ ਰੁੱਸ ਗਈ ਚਾਂਜਰਾਂ ਵਾਲੀ ਮੋੜੀ ਤਾਇਆ ਡਾਂਗ ਵਾਲਿਆ ਸਰਬਜੀਤ ਤੇ ਤੋਂ ਪਹਿਲਾਂ ਮੈਂ ਚਰਨਜੀਤ ਭਾਅ ਜੀ ਕਿਉਂਕਿ ਜਿਨ੍ਹਾਂ ਦੇ ਬੇਟੇ ਦੀ ਖੁਸ਼ੀ ਮਨਾ ਰਹੇ ਹੈ ਠੀਕ ਹੈ ਨਾ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਟਾਈਮ ਕਾਫੀ ਹੋ ਚੁੱਕਾ ਹੈ
ਤੇ ਥੋੜਾ ਜਿਹਾ ਹੋਰ ਦੌਰ ਤੁਹਾਡੀਆਂ ਫਰਮਾਇਸ਼ਾਂ ਦਾ ਥੋੜਾ ਲਿਮਿਟਿਡ ਇਹੀ ਗੱਲ ਕਰਾਂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਖਾਣਾ ਖਾਵਾਂਗੇ ਬੈਠਾਂਗੇ ਇੰਜੋਏ ਕਰਾਂਗੇ ਤੇ ਆਏ ਹੋਏ ਤਮਾਮ ਰਿਸ਼ਤੇਦਾਰਾਂ ਨੂੰ ਮੈਂ ਕਰਤਾਰ ਰਮਲਾ ਜੀ ਵੱਲੋਂ ਬੀਬਾ ਨਵਜੋਤ ਰਾਣੀ ਜੀ ਵੱਲੋਂ ਬਾਰ ਬਾਰ ਅੱਜ ਦੇ ਦਿਨ ਦੀਆਂ ਮੁਬਾਰਕਾਂ ਦੇ ਰਿਹਾ ਤੇ ਇੱਕ ਦੋ ਗੀਤਾਂ ਤੋਂ ਬਾਅਦ ਛੁੱਟੀ ਕਰਾਂਗੇ ਥੈਂਕ ਯੂ ਜੀ